ਹੈਲੋ, ਮੇਰਾ ਨਾਂ ਚੌਧਰੀ ਰਜਿੰਦਰ ਨਿੱਜਰ ਹੈਗਾ ਤੇ ਮੈਂ ਪੰਡੋਰੀ ਨਿੱਜਰਾਂ ਦਾ ਜੱਟ ਹੈਗਾ ਤੇ ਪੂਰਾ ਨਾਂ ਹੈਗਾ ਮੇਰਾ ਚੌਧਰੀ ਰਜਿੰਦਰ ਨਿੱਜਰ ਜੱਟ। ਜੱਟ ਮੇਰੀ ਕਾਸਟ ਹੈਗੀ, ਜਾਤੀ, ਤੇ ਨਿੱਜਰ ਮੇਰਾ ਗੋਤਰਾ ਤੇ ਰਜਿੰਦਰ ਮੇਰਾ ਪਹਿਲਾ ਨਾਂ। ਤੇ ਪਹਿਲਾਂ ਸਿੰਘ ਹੁੰਦਾ ਸੀਗਾ, ਮੈਂ ਕਟਾ ਦਿੱਤਾ ਕਿ ਸਿੰਘ ਉਹ ਹੁੰਦੇ ਜਿਹੜੇ ਖਾਲਸੇ ਹੋਣ, ਖਾਲਸੇ ਉਹ ਹੁੰਦੇ ਜਿਹਨਾਂ ਨੇ ਆਪਣਾ ਸੀਸ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਨੂੰ ਦਿੱਤਾ ਸੀਗਾ। ਇਹ ਜਿਹੜੇ ਨਕਲੀ ਹੈਗੇ ਨਾ ਖਾਲਸੇ ਤੇ ਸਿੰਘ ਕਹਲਾਉਂਦੇ ਨੇ, ਇਹ ਗਲਤ ਹੈਗਾ। ਇਹਨਾਂ ਦੇ ਬਾਰੇ ਲਿਖਿਆ, ਨਾਨਕ ਤੇ ਨਾਰ ਅਸਲ ਖਰ ਜੇ ਬਿਨ ਗੁਣ ਗ੍ਰਭ ਕਰੰਤ। ਖਾਲਸੇ ਤਾਂ ਹੈ ਨਹੀਂ ਗੇ ਤੇ ਘਰ ਬੈਠੇ ਹੈਗੇ ਨੇ। ਇਹ ਹੈਗੇ, ਇਹਨਾਂ ਨੂੰ ਕਹੀਦੇ ਬੰਦਾ ਬਹਾਦਰ ਦੇ, ਬੰਦਾ ਬਹਾਦਰ ਦੇ ਖਾਲਸੇ, ਮਲੇਸ਼ ਖਾਲਸਾ। ਉਹ ਮਨਮੁੱਖ ਸੀਗਾ ਬੰਦਾ ਬਹਾਦਰ, ਉਹਦਾ ਸੋਢੀ ਖੱਤਰੀ ਸੀਗਾ ਉਹ। ਤੇ ਖੱਤਰੀ ਜਿਹੜੇ ਨੇ ਇਹ ਲਾਲਚੀ ਹੈਗੇ ਨੇ, ਉਹਨੇ ਵੀ ਆਪਣਾ ਸੁਭਾਅ ਦਿਖਾ ਲਿਆ ਅਖੀਰ ਤੇ। ਸੱਚੇ ਪਾਤਸ਼ਾਹ ਉਹਨੂੰ ਖਾਸ ਕਰਕੇ ਉਹਨੂੰ ਲੱਭਣ ਗਏ ਸੀਗੇ। ਤੇ ਇੱਥੇ ਮੈਂ ਛੋਟਾ ਜਿਹਾ ਹੈਗਾ ਕੁਰੈਕਸ਼ਨ, ਮੈਂ ਗਲਤ ਕਹਿੰਦਾ ਰਿਹਾ ਸੀਗਾ ਕਿ ਚੌਧਰੀ ਜਿਹੜਾ ਹੈਗਾ ਇਹ ਘਰ ਦਾ ਚੌਧਰ ਜਿਹੜਾ ਹੋਵੇ ਉਹਨੂੰ ਉਹਦਾ ਹੁੰਦਾ ਟਾਈਟਲ। ਜਿੱਦਾਂ ਚਿਰ ਘਰ ਦਾ ਚੌਧਰ ਜਿੰਦਾ ਹੈਗਾ ਨਾ, ਉਹਦਾ ਮੁੰਡਾ ਉਹ ਨਹੀਂ ਲਿਖ ਸਕਦਾ ਚੌਧਰੀ। ਉਹਦੇ ਪਿੱਛੇ ਗੋਤ ਲਿਖੇ, ਗੋਤ ਦੇ ਪਿੱਛੇ ਜੱਟ ਲਿਖੇ ਜੇ ਲਿਖਣਾ ਤਾਂ, ਲੇਕਿਨ ਉਹ ਚੌਧਰੀ ਨਹੀਂ ਲਿਖ ਸਕਦਾ। ਚੌਧਰੀ ਉਦੋਂ ਹੀ ਬਣੇਗਾ ਜਦੋਂ ਉਹਦੀ ਘਰ ਦੀ ਚੌਧਰ ਉਹਦੇ ਹੱਥ ਆਏਗੀ। ਉਹ ਆਏਗੀ ਜਦੋਂ ਉਹਦਾ ਫਾਦਰ ਗੁਜ਼ਰ ਜਾਏਗਾ। ਇਹ ਮੈਨੂੰ ਇੱਕ ਨੇ ਪਹਿਲਾਂ ਵੀ ਦੱਸਿਆ ਸੀ ਤਾਂ ਮੈਨੂੰ ਜੱਚਿਆ ਵੀ ਠੀਕ ਹੈਗਾ ਇਹ ਗੱਲ। ਅਤੇ ਹੁਣ ਇੱਕ 17 ਸਾਲ ਦਾ ਮੁੰਡਾ ਹੈਗਾ ਆਪਣੇ ਰਾਣਾ, ਉਹਨੇ ਮੈਨੂੰ ਇਹ ਫਿਰ ਦੁਹਰਾਇਆ ਵੀ ਮੇਰੀ ਮਾਂ ਨੇ ਦੱਸਿਆ ਮੈਨੂੰ ਚੌਧਰ ਉਹ ਨਹੀਂ ਕਲਾਉਂਦਾ, ਚੌਧਰ ਉਹ ਹੀ ਬਣਦਾ ਜਦੋਂ ਘਰ ਦਾ ਮਾਲਕ ਹੋਵੇ। ਵੱਡਾ ਮੁੰਡਾ ਜਿਹੜਾ ਹੁੰਦਾ ਉਹ ਚੌਧਰੀ ਹੁੰਦਾ ਹੈਗਾ। ਅਤੇ ਇਹ ਥੋੜ੍ਹੀ ਜਿਹੀ ਪ੍ਰੈਕਸ਼ਨ ਹੈਗੀ ਅਤੇ ਬਾਕੀ ਹੈਗੇ। ਅਤੇ ਸਾਡੇ ਉੱਥੇ ਸੀਗਾ ਆਪਣੇ ਇਹ ਹਰ ਇੱਕ ਚੀਜ਼ ਆਪਾਂ ਸਿੱਖੀ ਦੀ ਆਪਣੇ ਬਜ਼ੁਰਗਾਂ ਤੋਂ। ਹੋਰ ਵੀ ਕਿਸੇ ਨੂੰ ਪਤਾ ਹੋਵੇ ਮੈਨੂੰ ਦੱਸੇ ਤਾਂ ਮੈਂ ਉਹਦੀ ਦਰੁਸਤੀ ਕਰ ਲਵਾਂ, ਉਹਦੀ ਕੁਰੈਕਸ਼ਨ ਕਰ ਲਵਾਂ। ਇੱਕ ਦੂਜੇ ਤੋਂ ਆਪਾਂ ਸਿੱਖਣਾ ਹੈਗਾ। ਅਤੇ ਹੁਣ ਜਿਹੜਾ ਹੈਗਾ ਆਪਾਂ ਜੱਟਾਂ ਨੇ ਰਲ ਮਿਲ ਕੇ ਆਪਣੀ ਜਿਹੜੀ ਕੌਮ ਹੈਗੀ ਜੱਟ ਕੌਮ ਇੱਕ ਬਣਾਉਣੀ ਹੈਗੀ। ਕਿਸੇ ਨੇ ਹਿੰਦੂ ਜੱਟ ਨਹੀਂ ਕਹਿਣਾ, ਨਾ ਸਿੱਖ ਜੱਟ ਕਹਿਣਾ, ਨਾ ਮੁਸਲਮਾਨ ਜੱਟ ਕਹਿਣਾ, ਇਹ ਕੋਈ ਕੌਮਾਂ ਨਹੀਂ ਹੈਗੀਆਂ। ਆਦਮ ਦੇ ਥੱਲੇ ਤਾਂ ਸਿਰਫ ਆਪਣੇ ਜੱਟ ਕੌਮ ਆਏਗੀ। ਆ ਹੈਗਾ ਨਾ ਆਦਮ ਦਾ ਚਾਰਟ ਹੈਗਾ, ਆਦਮ ਦਾ ਚਾਰਟ ਬਣਾ ਕੇ ਦੇਖ ਲਓ। ਇਹਦੇ ਥੱਲੇ ਨਸਲਾਂ, ਨਸਲਾਂ ਦੇ ਥੱਲੇ ਬੰਸਾਂ, ਬੰਸਾਂ ਦੇ ਥੱਲੇ ਗੋਤ ਕੌਮਾਂ, ਕੌਮਾਂ ਦੇ ਥੱਲੇ ਗੋਤ ਹੈਗੇ ਨੇ। ਹਾਂ, ਇੱਥੇ ਹਿੰਦੂ ਸਿੱਖ ਮੁਸਲਮਾਨ ਨਹੀਂ ਹੁੰਦਾ, ਉੱਥੇ ਰੂਹ ਦਾ ਹੈਗਾ, ਰੂਹ ਦਾ ਹੁੰਦਾ ਆਦਮੀ। ਹਿੰਦੂ ਸਿੱਖ ਮੁਸਲਮਾਨ ਜੀਉ ਰੂਹ ਦਾ, ਇਹ ਰੂਹਾਨੀ ਰੂਪ ਹੈਗਾ, ਰੂਹਾਨੀ ਰੂਪ ਨਾ ਜੰਮਿਆ ਨਾ ਮਰਿਆ। ਆਹ ਜਿਹੜਾ ਆਦਮ ਦੇ ਵਿੱਚ ਆਪਾਂ ਜੰਮਦੇ, ਆਦਮ ਵਿੱਚ ਮਰਦੇ ਹਾਂ, ਜੱਟ ਜੰਮਿਆ ਜੱਟ ਮਰੇਗਾ। ਅਤੇ ਮੇਰੇ ਪੜਦਾਦਾ ਸਾਰੇ ਉਹ ਚੌਧਰੀ ਕਲਾਉਂਦੇ ਸੀਗੇ। ਇਹ ਜਿਹੜਾ ਸਰਦਾਰ ਦਾ ਕੰਮ ਦਿੱਤਾ ਇਹ ਖੱਤਰੀਆਂ ਨੇ ਦਿੱਤਾ ਹੈਗਾ, ਇਹ ਖੱਤਰੀਆਂ ਨੇ ਸ਼ੁਰੂ ਕੀਤਾ ਆਪਸ ਵਿੱਚ ਕਹਿਣਾ ਇੱਕ ਦੂਜੇ ਨੂੰ ਸਰਦਾਰ। ਖੱਤਰੀਆਂ 'ਚ ਉਹਦੇ ਜੇ ਪਹਿਲਾ ਮੁੰਡਾ ਕਹਿੰਦੇ, ਖੱਤਰੀਏ ਜੇ ਕਹਿੰਦੇ ਨਾ, ਬੜਾ ਸ਼ੌਕ ਨਾਲ ਕਹਿੰਦੇ, ਜਿਹੜਾ ਪਹਿਲਾ ਮੁੰਡਾ ਹੋਵੇ ਉਹਨੂੰ ਅਸੀਂ ਸਿੱਖ ਬਣਾਉਂਦੇ ਹਾਂ। ਸਿੱਖ ਦਾ ਮਤਲਬ ਉਹਨੂੰ ਪਗੜੀ ਅਤੇ ਦਾੜੀ ਰੱਖ ਦੇ, ਉਹਦੀ ਰੱਖ ਦਿੰਦੇ ਹਾਂ। ਦੂਜਾ ਆਵੇ ਉਹਨੂੰ ਨਹੀਂ, ਉਹ ਅਸੀਂ ਮੋਨਾ ਰੱਖ ਦੇਈਏ। ਮਤਲਬ ਜਦੋਂ ਦੁਕਾਨ 'ਤੇ ਬਹਿੰਦੇ ਨਾ ਦੋਨੋਂ ਜਣੇ ਲਾਲੇ, ਇਹਨਾਂ ਦਾ ਕੜਸੀ ਟਾਈਟਲ ਲਾਲਾ ਹੈਗਾ ਇਹਨਾਂ ਦਾ, ਖੱਤਰੀਆਂ ਦਾ। ਨਾਨਕ ਦੇਵ ਜੀ ਲਾਲੇ ਸਨ, ਜਿਹੜੇ ਬਿਮਾਰ ਸੀ ਉਹਨਾਂ ਦੇ ਘਰ ਡਾਕਟਰ ਆਉਂਦਾ ਹੈਗਾ, ਜਿਹੜੇ ਤੰਦਰੁਸਤ ਹੈਗੇ ਉਹਨਾਂ ਨੂੰ ਜ਼ਰੂਰਤ ਨਹੀਂ ਹੈਗੀ। ਇਹ ਖੱਤਰੀ ਬਿਮਾਰ ਸੀਗੇ, ਇਹਨਾਂ ਦੇ ਘਰ ਆਇਆ ਸੀ, ਇਹਨਾਂ ਨੇ ਉਹਨਾਂ ਨੂੰ ਮਾਰਿਆ ਸੀਗਾ। ਕਿਉਂ? ਇਹ ਚਾਹੁੰਦੇ ਸੀ ਲੁੱਟਣਾ, ਮਾਲ ਲੁੱਟਣਾ। ਉਹ ਉਹਨਾਂ ਦੇ ਜਿਹੜੇ ਸੀਗੇ ਨਾ ਪਖੰਡ, ਉਹਨਾਂ ਨੂੰ ਜ਼ਾਹਰ ਕਰਦੇ ਸੀਗੇ, ਉਹਨਾਂ ਦੇ ਭੇਤ ਖੋਲਦੇ ਸੀਗੇ।
ਉਹ ਭੇਦ ਖੋਲਣਾ ਪਸੰਦ ਨਹੀਂ ਸੀ ਕਰਦੇ, ਉਹਨਾਂ ਨੇ ਉਹਨਾਂ ਦੇ ਦੁਸ਼ਮਣ ਬਣੇ ਸੀ ਇੱਕ ਨੰਬਰ ਦੇ। ਅਤੇ ਮੇਰੇ ਦਾਦਾ ਪੜਦਾਦਾ ਫਾਦਰ ਸੁਣਾਉਂਦੇ ਹੁੰਦੇ ਸੀਗੇ, ਸਾਡਾ ਜਿਹੜਾ ਸੀ ਨਾ ਦਾਦਾ ਪੜਦਾਦਾ ਉਹ ਚੌਧਰੀ ਕਰਾਉਂਦੇ ਸੀਗੇ ਸਾਡੇ ਉੱਥੇ ਪਿੰਡ 'ਚ ਨਾ ਧਨੂਆ ਨੇ 91 RB, ਉਹਦੇ 'ਚ ਇੱਕ ਘਰ ਸੀ ਜਿਹਨਾਂ ਦੀਆਂ ਜ਼ਮੀਨਾਂ ਜ਼ਿਆਦਾ ਸੀ, ਜਗੀਰਦਾਰ ਸੀ ਉਹ, ਜ਼ਮੀਨ ਜ਼ਿਆਦਾ ਸੀ, ਉਹ ਆਪਣੇ ਆਪ ਨੂੰ ਸਿੱਖਾਂ ਦਾ ਘਰ ਕਲਾਉਣ ਲੱਗ ਪਏ, ਜੱਟ ਨਹੀਂ ਕਲਾਉਂਦੇ ਸਿੱਖਾਂ ਦਾ ਘਰ, ਸਿੱਖ ਬਣ ਗਿਆ ਉਹ ਅਤੇ ਸਰਦਾਰ ਕਲਾਉਣ ਲੱਗ ਪਏ। ਉਹ ਫਾਦਰ ਕਹਿੰਦੇ, ਪਰਦਾਦਾ ਕਹਿੰਦੇ ਇਹਨਾਂ ਨੂੰ ਫੋਕੀ ਸਰਦਾਰੀ ਕਿਸੇ ਦੇ ਲੈ ਡੁੱਬੂਗੀ, ਫੋਕੀ ਸਰਦਾਰੀ, ਅੱਜ ਉਹ ਫੋਕੀ ਸਰਦਾਰੀ ਜਿਹੜੀ ਇਹਨਾਂ ਨੂੰ ਲੈ ਕੇ ਡੁੱਬਦੀ ਹੈਗੀ, ਇਹਨਾਂ ਨੂੰ ਫਿਰ ਨਹੀਂ ਹੋਸ਼ ਆਉਂਦੀ। ਉਹ ਜਿਹੜੇ ਖੱਤਰੀ ਸੀਗੇ ਨਾ, ਜਦੋਂ ਦੁਕਾਨ 'ਤੇ ਬਹਿ ਜਾਂਦੇ ਸੀ ਦੋਨੋਂ, ਇੱਕ ਨੇ ਪਗੜੀ ਅਤੇ ਦਾੜੀ ਰੱਖੀ ਹੋਈ ਸੀ ਅਤੇ ਦੂਜਾ ਮੋਨਾ, ਅਤੇ ਜਿਹੜੇ ਮੋਨੇ ਗਏ ਉਹ ਤਾਂ ਜਾਣਦੇ ਵੀ ਸਾਡਾ ਖੱਤਰੀ ਭਰਾ ਹੈਗਾ, ਜਿਹੜੇ ਮੋਨੇ ਸੀਗੇ ਉਹਨਾਂ ਕੋਲ ਜਾਂਦੇ ਸੀਗੇ ਮੋਨੇ ਕੋਲ, ਜਿਹੜੇ ਦਾੜੀ ਦੇ ਪੱਗ ਰੱਖੀ ਸੀ ਉਹ ਜੱਟ ਜਿਹੜੇ ਸੀ ਜ਼ਿਆਦਾ ਆਪਣੇ, ਉਹਨਾਂ ਨੇ ਸਿੱਖੀ ਅਪਣਾਈ, 70% ਸਿੱਖਾਂ ਜੱਟਾਂ ਨੇ ਅਪਣਾਈ ਸਿੱਖੀ, ਖੱਤਰੀਆਂ ਨੇ 1% ਤੋਂ ਘੱਟ, ਯਾਨੀ ਸਾਰਿਆਂ ਨਾਲ ਨਿਕੰਮੀ, ਸਾਰਿਆਂ ਨਾਲ ਥੱਲੇ ਸੀਗੇ ਉਹ ਸਿੱਖੀ 'ਚ, ਲੁੱਟਣ 'ਚ 1 ਨੰਬਰ ਸੀਗੇ। ਬਾਬਾ ਬਕਾਲੇ ਜਦੋਂ ਸਤਿਗੁਰੂ ਤੇਗ ਬਹਾਦਰ ਜੀ ਨੇ ਪ੍ਰਗਟ ਹੋਣਾ ਸੀ ਉਦੋਂ 22 ਮੰਜੀਆਂ ਡਾਹ ਕੇ ਬਹਿ ਗਏ ਸੀਗੇ, ਫਿਰ ਹਰਿਮੰਦਰ ਸਾਹਿਬ ਗਏ ਉਹ ਸਤਿਗੁਰੂ ਤੇਗ ਬਹਾਦਰ ਜੀ, ਉਹ 6ਵੇਂ ਸਤਿਗੁਰੂ ਸੀਗੇ, 5 ਤਾਂ ਸੀਗੇ ਨਾ ਸਤਿਗੁਰੂ ਅਰਜਨ ਦੇਵ ਜੀ, 6ਵੇਂ ਸੀਗੇ ਸਤਿਗੁਰੂ ਤੇਗ ਬਹਾਦਰ ਜੀ, ਅਤੇ ਬਾਕੀ 4 ਹੋਏ ਸੱਚੇ ਪਾਤਸ਼ਾਹ, ਪਹਿਲਾ ਸੱਚੇ ਪਾਤਸ਼ਾਹ ਹਰਗੋਬਿੰਦ ਜੀ ਸੀਗੇ, ਅਤੇ ਚੌਥਾ ਸੱਚੇ ਪਾਤਸ਼ਾਹ ਸੀਗਾ ਗੋਬਿੰਦ ਰਾਏ ਜੀ, ਅਤੇ ਉਹ ਫਿਰ ਜਦੋਂ ਅੰਮ੍ਰਿਤ ਛਕਿਆ ਉਹ ਫਿਰ ਸਿੰਘ ਬਣੇ ਸੀ, ਅੰਮ੍ਰਿਤ ਛਕ ਕੇ ਆਦਮੀ ਸਿੰਘ ਬਣਦਾ ਹੈਗਾ, ਪਹਿਲਾਂ ਨਹੀਂ ਬਣਦਾ ਸਿੰਘ, ਅਤੇ ਇਸ ਕਰਕੇ ਸਿੰਘ ਜਿਹੜਾ ਹੈਗਾ ਇਹ ਟਾਈਟਲ ਤੁਸੀਂ ਖਾਲਸਿਆਂ ਲਈ ਰਹਿਣ ਦਿਓ, ਕਈ ਆਪਣੇ ਜੱਟ ਜਿਹੜੇ ਸਿੰਘ ਲਿਖਦੇ ਨੇ ਉਹਨਾਂ ਨੂੰ ਨਹੀਂ ਲਿਖਣਾ ਚਾਹੀਦਾ, ਅੱਗੇ ਉਹਨਾਂ ਦੀ ਮਰਜ਼ੀ, ਅਤੇ ਇਸ ਕਰਕੇ ਉਹਨਾਂ ਨੂੰ ਜਦੋਂ ਫਾਦਰ ਨੇ ਦੱਸਿਆ ਇਹ ਫੋਕੀ ਸਰਦਾਰੀ ਲੈ ਡੁੱਬੂਗੀ, ਇਹ ਲੈ ਡੁੱਬੀਗੀ, ਅਤੇ ਇਸ ਕਰਕੇ ਆਪਣੇ ਪਿਓ ਨੂੰ ਨਾ ਭੁੱਲੋ, ਪਿਓ ਨੇ ਤੁਹਾਡੇ 'ਤੇ ਰਾਖੀ ਰੱਖਣੀ ਹੈਗੀ, ਮਾਂ ਪਾਲਦੀ ਹੈਗੀ, ਪਿਓ ਰਾਖੀ ਰੱਖਦਾ ਹੈਗਾ, ਜੇ ਪਿਓ ਭੁੱਲ ਗਿਆ ਨਾ ਪਲ ਤਦ ਤੁਸੀਂ ਮਾਰੇ ਗਏ, ਤਾਂ ਤੁਸੀਂ ਯਤੀਮ ਹੋ ਜਾਂਦੇ ਹੋ। ਜਿੱਦਾਂ 1947 'ਚ ਪਾਰਟੀਸ਼ਨ ਹੋਈ ਸੀ ਅਤੇ ਮੇਰੇ ਫਾਦਰ ਕਹਿੰਦੇ ਸੀ ਲੋਕਾਂ ਨੂੰ ਆਪਣੀ ਕੌਮ ਨਾ ਭੁੱਲੋ, ਸਾਡੀ ਕੌਮ ਜੱਟ ਹੈਗੀ, ਅਤੇ ਸਿੱਖ ਜੱਟ ਨਹੀਂ ਹੈਗੀ ਕੋਈ ਵੀ, ਕੋਈ ਹਿੰਦੂ ਜੱਟ ਨਹੀਂ, ਕੋਈ ਵੀ ਕੌਮ ਨਹੀਂ, ਮੁਸਲਮਾਨ ਜੱਟ ਨਹੀਂ ਹੈਗੀ, ਅਸੀਂ ਜੱਟ ਇੱਕ ਹੈਗੇ ਹਾਂ। ਅਤੇ ਉੱਥੇ ਇੱਕ ਤੇਰੀ ਕਚਹਿਰੀ ਉਹ ਲੱਗੇ ਸੀ ਇੱਦਾਂ ਦੱਸਣ, ਅਤੇ ਇੱਕ ਥਾਣੇਦਾਰ ਸੀਗਾ ਜੱਟ, ਉਹ ਹੱਥ ਜੋੜ ਕੇ ਮੂਹਰੇ ਖੜ੍ਹਾ ਹੋ ਗਿਆ, ਕਹਿੰਦਾ ਸਾਨੂੰ ਤਾਂ ਪਤਾ ਨਹੀਂ ਸੀ ਵੀ ਅਸੀਂ ਇੱਕ ਜੱਟ ਹੈਗੇ, ਇਹ ਝੁਰਨੂ ਫੇਰਿਆ ਆ, ਉਹਨਾਂ ਨੂੰ ਵੱਖਰੇ ਬਣਾਇਆ ਅਤੇ ਸਾਨੂੰ ਵੱਖਰੇ, ਉਹ ਹੱਥ ਜੋੜ ਖੜ੍ਹਾ, ਹੁਣ ਮੈਨੂੰ ਹੋਸ਼ ਆ ਗਈ ਵੀ ਅਸੀਂ ਇੱਕ ਹੈਗੇ। ਉਹ ਥਾਣੇਦਾਰ ਸੀਗਾ, ਉਹ 3 ਉਹਦੇ ਸਟ੍ਰਾਈਕ ਲੱਗੀਆਂ ਸੀ, 1947 ਦੀ ਗੱਲ ਹੈਗੀ, ਅਤੇ ਬਾਕੀ ਦੇਖ ਲਓ ਲੋਕ ਉਦੋਂ ਕਿੰਨੇ ਕੁ ਅਨਪੜ੍ਹ ਸੀਗੇ ਅਤੇ ਬੇਵਕੂਫ ਸੀ, ਇੱਕ ਦੂਜੇ ਨੂੰ ਮਾਰਿਆ 1947 'ਚ। ਹੁਣ ਹੋਸ਼ 'ਚ ਆਓ ਅਤੇ ਆਪਣੇ ਆਪ ਨੂੰ ਜਗਾਓ ਅਤੇ ਆਪਣੀ ਕੌਮ ਨੂੰ ਸਾਂਭੋ। ਚੌਧਰੀ ਛੋਟੂ ਰਾਮ ਆਪਣੀ ਨੀਂਹ ਰੱਖ ਕੇ ਹੈਗਾ, ਉਹ ਸਾਡਾ ਨੇਤਾ ਹੈਗਾ। ਇਹ ਮਜ਼ਹਬ ਜਿਹੜਾ ਇੱਕ ਕਮੀਜ਼ ਹੈਗੀ, ਇੱਕ ਕਮੀਜ਼ ਉਤਾਰ ਕੇ ਦੂਜੀ ਕਮੀਜ਼ ਪਾ ਲਓ, ਜਿਸਮ ਤਾਂ ਉਹੀ ਰਹਿੰਦਾ ਨਾ, ਜਿਸਮ ਪੈਦਾ ਹੋਏ ਜਿਸਮ ਮਰੇਗਾ, ਜੱਟ ਪੈਦਾ ਹੋਏ ਜੱਟ ਹੀ ਮਰੇਗਾ। ਇਸ ਕਰਕੇ ਜਿੰਨਾ ਉਹ ਜ਼ੋਰ ਲੱਗਦਾ ਜਿਹੜੇ ਹੈਗੇ ਨਾ ਬਾਰਡਰ, ਉਹਨਾਂ ਦੇ ਮੇਰੇ ਜਿਹੜੇ ਮੈਂ ਬਣਾਏ ਨੇ ਕੁਛ ਪੋਸਟਰ, ਪੋਸਟਰ ਅਤੇ ਬੈਨਰ ਬਣਾ ਕੇ ਉੱਥੇ ਲਗਾਓ, ਕਿਸੇ ਜੱਟ ਇੱਕ ਹੈਗੇ। ਤੁਸੀਂ ਦੇਖਿਆ ਜੇ ਉਹ ਜਿਹੜਾ ਉਹਨਾਂ 'ਚ ਹੈਗਾ ਨਾ ਤਫਰਕਾ ਦੋਨਾਂ ਜੱਟਾਂ 'ਚ, ਉਹਨਾਂ 'ਚ ਡਰ ਹੈਗਾ ਵੀ ਉਹ ਨਾ ਮਾਰ ਦੇਵੇ, ਉਹ ਨਾ ਮਾਰ ਦੇਵੇ, ਉਹ ਜਾਂਦਾ ਰਹੇਗਾ, ਉਹ 1 ਨੰਬਰ 'ਚ ਦੋਸਤ ਬਣ ਜਾਣਗੇ, ਜਦੋਂ ਦੋਸਤ ਬਣ ਗਏ ਤਾਂ ਬਾਰਡਰ ਪਿਘਲ ਜਾਣਾ ਹੈਗਾ। ਮੈਂ ਇਹ ਕਹਿ ਰਹੀ ਕਿ ਲੋਕਾਂ ਨੂੰ ਕਹੀ ਸਾਲ ਹੋ ਗਿਆ ਮੈਨੂੰ ਦੁਹਾਈ ਦਿੰਦੇ ਨੇ ਵੀ ਤੁਸੀਂ ਪੋਸਟਰ ਬਣਾਓ, ਉੱਥੇ ਬੈਨਰ ਲਾਓ, ਕੋਈ ਵੀ ਨਹੀਂ ਕਰਦਾ, ਸਾਰੇ ਉਹਦਾ ਹੀ ਉਹ ਇੰਟਰਨੈਟ 'ਤੇ ਗਿਟਮਿਟ ਕਰਦੇ ਰਹਿੰਦੇ ਨੇ, ਉਹਦਾ ਕੋਈ ਫਾਇਦਾ ਨਹੀਂ ਹੈਗਾ। ਇਸ ਕਰਕੇ ਜਾਗੋ, ਜਾਗ ਕੇ ਤਾਂ ਆਪਣੇ ਤੁਸੀਂ ਪਿਓ ਸੰਭਾਲੋ। ਅਤੇ ਮੈਂ ਜਿਹੜਾ ਹੈਗਾ ਆਪਣੇ ਰਾਣਾ ਅਤੇ ਇੱਕ ਹੋਰ ਸੀ ਜੱਟ, ਉਹਦਾ ਮੈਂ ਨਾਂ ਭੁੱਲ ਗਿਆ ਹੈਗਾ, ਉਹਨੇ ਵੀ ਮੈਨੂੰ ਇਹੋ ਹੀ ਚੀਜ਼ ਦੱਸੀ ਸੀ ਵੀ ਮੈਂ ਚੌਧਰੀ ਨਹੀਂ ਲਿਖ ਸਕਦਾ ਜਿੰਨਾ ਚਿਰ ਮੇਰਾ ਪਿਓ ਜੀਂਦਾ ਹੈਗਾ।
ਇਸ ਕਰਕੇ ਚੌਧਰੀ ਸਾਡਾ ਕਰਸੀ ਟਾਈਟਲ ਜ਼ਰੂਰ ਹੈਗਾ। ਇਸ ਕਰਕੇ ਤੁਸੀਂ ਨੌਂ ਦੇ ਪਿੱਛੇ ਆਪਣਾ ਪਹਿਲਾ ਨਾਂ ਜਿੱਦਾਂ ਮੇਰਾ ਨਾਂ ਹੈਗਾ ਨਾ, ਜੇ ਮੇਰਾ ਫਾਦਰ ਜਿੰਦਾ ਹੁੰਦੇ ਨਾ ਤੇ ਮੈਂ ਲਿਖਣਾ ਸੀ ਵੀ ਰਜਿੰਦਰ ਨਿੱਜਰ ਜੱਟ, ਨਿੱਜਰ ਜੱਟ ਪਿੱਛੇ ਜੱਟ ਲਿਖਣਾ ਸੀ, ਤਾਂ ਕਿ ਕਈ ਗੋਤ ਆਪਣੇ ਚ ਮਸ਼ਹੂਰ ਨਹੀਂ ਹੈਗੇ, ਕਈ ਹੈਗੇ ਉੱਪਰ ਹੈਗਾ ਜੱਟਾਂ ਚ ਵੀ ਹੈਗਾ ਤੇ ਖੱਤਰੀਆਂ ਚ ਵੀ ਹੈਗਾ। ਇਸ ਕਰਕੇ ਕਈ ਵਾਰੀ ਪਤਾ ਲੱਗਦਾ ਜੱਟ ਹੈਗਾ ਕਿ ਖੱਤਰੀ ਹੈਗਾ, ਉਹ ਫਿਰ ਲਿਖੋਗੇ ਨਾ ਪਿੱਛੇ ਨਾਲੇ ਜਿਹੜੇ ਬਨੌਟੀ ਜੱਟ ਹੈਗੇ ਨਾ ਬਣੇ ਹੋਏ, ਕਈਆਂ ਨੇ ਮਰਾ ਕਈ ਚੂੜਾ ਕੁਛ ਮਾਰ ਹੈਗਾ ਉਹਨੇ ਵੀ, ਜਾਂ ਤਰਖਾਨ ਹੈਗਾ ਉਹਨੇ ਵੀ ਪਿੱਛੇ ਗੋਤ ਜੱਟਾਂ ਦੇ ਲਾ ਲੈਣੇ, ਉਹ ਜਿਹੜਾ ਜੱਟ ਹੈਗਾ ਨਕਲੀ ਉਹ ਫਿਰ ਜ਼ਾਹਰ ਹੋ ਜਾਏਗਾ। ਉਹਨੂੰ ਲੋਕ ਜਦੋਂ ਲਿਖਿਆ ਨਹੀਂ ਨਾ ਪਿੱਛੇ, ਜੇ ਲਿਖੂਗਾ ਤਾਂ ਜੱਟ ਜੱਟ ਉਹ ਹੁੰਦਾ ਜਿਹੜੀ ਜੱਟ ਦੀ ਸੱਟ ਹੋਵੇ, ਜਿਹਦਾ ਪਿਓ ਜੱਟ ਹੋਵੇ। ਇਹ ਨਹੀਂ, ਉਹ ਖੇਤੀ ਕਰਨ ਵਾਲਾ ਕਿਸਾਨ ਹੈਗਾ, ਕਿਸਾਨ ਕੋਈ ਵੀ ਬਣ ਸਕਦਾ, ਖੱਤਰੀ ਚੂੜਾ ਚਮਾਰ ਕੰਬੋਜ ਸਾਰੇ ਰਾਈ ਵਗੈਰਾ ਸਾਰੇ ਕਿਸਾਨ ਹੈਗੇ ਨੇ, ਫਿਰ ਜੱਟ ਨਹੀਂ ਬਣ ਸਕਦਾ ਜਿੰਨਾ ਚਿਰ ਪਿਓ ਜੱਟ ਨਾ ਹੋਵੇ। ਮਾਂ ਕੋਈ ਵੀ ਹੋਵੇ ਕੋਈ ਫਰਕ ਨਹੀਂ ਪੈਂਦਾ, ਕਿ ਮਾਂ ਇੱਕ ਜ਼ਮੀਨ ਦੀ ਤਰ੍ਹਾਂ ਹੈਗੀ, ਜਿਹੜਾ ਬੀਜ ਹੈਗਾ ਉਹ ਤਾਂ ਜੱਟ ਦਾ ਹੈਗਾ ਨਾ, ਜੱਟ ਦੇ ਬੀਜ 'ਚੋਂ ਜੱਟ ਦਾ ਮੁੰਡਾ ਹੀ ਪੈਦਾ ਹੋਏਗਾ, ਉਹ ਕੋਈ ਹੋਰ ਨਹੀਂ ਪੈਦਾ ਹੁੰਦਾ ਕੋਈ ਵੀ। ਇਸ ਕਰਕੇ ਆਪਣਾ ਪਿਓ ਸੰਭਾਲੋ, ਕਿ ਇਹ ਜਿਹੜੀ ਧਰਤੀ ਜ਼ਮੀਨ ਹੈਗੀ ਇਹ ਸਿਰਫ ਪਿਓ ਦੇ ਲੋਕਾਂ ਲਈ ਹੈਗੀ, ਉਹ ਇੱਕ ਦੂਜੇ ਨਾਲ ਰਲ ਮਿਲ ਕੇ ਪਿਆਰ ਨਾਲ ਰਹਿਣਗੇ, ਅਤੇ ਜੇ ਤੁਸੀਂ ਨਾ ਸੰਭਾਲੇ ਆਪਣਾ ਪਿਓ ਤਾਂ ਸ਼ੈਤਾਨ ਨੇ ਪਕੜ ਲੈਣਾ ਹੈਗਾ, ਸ਼ੈਤਾਨ ਨੇ ਪਕੜ ਕੇ ਉਹਨੂੰ ਤੁਹਾਨੂੰ ਫਿਰ ਆਹ ਸ਼ੈਤਾਨ ਹੈਗਾ ਬਹੁਤ ਵੱਡਾ, ਜਿਹੜਾ ਆਹ ਸ਼ੈਤਾਨ ਹੈਗਾ ਨਾ ਇਹ ਹੈਗਾ ਅਲ ਜਮਾ ਅਲ ਅਕਸਾ ਨੂੰ ਕਹਿੰਦੇ ਨੇ, ਇਹ ਜਨੂਨੀ ਜਿਹੜੇ ਹੁੰਦੇ ਨਾ ਹਿੰਦੂ ਕੌਮ ਸਿੱਖ ਕੌਮ ਜਿੱਦਾਂ ਗੁਰਦੁਆਰੇ ਸਿੱਖ ਕੌਮ ਕਹਿੰਦੇ, ਆਹ ਸ਼ੈਤਾਨ ਹੈਗਾ ਉਹ ਸਿੱਖ ਕੌਮ ਬਣਾਉਣ ਵਾਲਾ, ਉਹਦੇ ਛਿੱਤਰ ਉਹਨੂੰ ਬਾਹਰ ਕੱਢ ਕੇ ਛਿੱਤਰ ਮਾਰੋ। ਪਰ ਆਪਣੇ ਜਿਹੜੇ ਲੋਕ ਬੇਵਕੂਫ ਹੈਗੇ ਜੋ ਸਿੱਖ ਕੌਮ ਦਾ ਪ੍ਰਚਾਰ ਕਰਦੇ ਹੁਣ ਸਿੱਖਾਂ ਦਾ ਰਾਜ ਹੋ ਜਾਏਗਾ ਆਜ ਹੋ ਜਾਏਗਾ, ਬੜੇ ਖੁਸ਼ ਹੁੰਦੇ ਨੇ, ਜੁੱਤੀਆਂ ਮਾਰਨ ਦੀ ਵਿਆਹ ਉਹਨੂੰ ਖੁਸ਼ ਉਹਨੂੰ ਪੈਸੇ ਦਿੰਦੇ ਨੇ, ਉਹ ਇੱਦਾਂ ਦੇ ਜਿਹੜੇ ਮੂਰਖ ਹੈਗੇ ਉਹ ਮਰਨਗੇ ਖੂਬ। 1984 'ਚ ਵੀ ਮਰੇ ਅਤੇ 1947 'ਚ ਵੀ ਮਰੇ। ਇਸ ਕਰਕੇ ਇਹ ਜਿਹੜਾ ਸਮਾਂ ਹੈਗਾ ਕਲਯੁੱਗ ਦਾ, ਤੁਹਾਡਾ ਸਤਿਗੁਰੂ ਮੱਤ ਵੇਲਾ ਹੈਗਾ, ਆਪਣੇ ਅੰਦਰ ਜਿਹੜਾ ਹੈਗਾ ਇੱਥੇ ਮੇਰੇ ਸਤਿਗੁਰੂ ਹੈਗਾ, ਉਹਦੇ ਹਿਸਾਬ ਨਾਲ ਮੈਂ ਚੱਲਦਾ, ਉਹਦੇ ਹਿਸਾਬ ਨਾਲ ਮੈਂ ਬੋਲਦਾ ਹੈਗਾ। ਕਿਸੇ ਕਿਤਾਬਾਂ ਦੇ ਪੜ੍ਹਿਆ ਨਹੀਂ ਲਿਖਿਆ ਵੀ ਆਹ ਕਹਿ ਦਿੱਤਾ ਆਹ ਕਹਿ ਦਿੱਤਾ, ਇਹ ਕਿਤਾਬਾਂ ਸਾਰੀਆਂ ਖੱਤਰੀਆਂ ਨੇ ਲਿਖੀਆਂ ਨੇ ਇੱਥੇ ਰਹਿ ਕੇ, ਜਿਹੜੀਆਂ ਹੈ ਨਾ ਪਹਿਲਾਂ ਤਾਂ ਬਾਈ ਮਈਆਂ ਡਾਹ ਕੇ ਲੁੱਟਦੇ ਸੀਗੇ, ਫਿਰ ਹੁਣ ਆ ਜਿਹੜਾ ਲਿਖਣ ਵਾਲੇ ਹੈਗੇ ਨੇ ਭਾਈ ਕਾਨ ਸਿੰਘ ਨਾਭਾ, ਉਹਨੇ ਲਿਖ ਦਿੱਤਾ ਹਮ ਹਿੰਦੂ ਨਹੀਂ ਹੈ, ਅਤੇ ਲੋਕ ਇੰਨੇ ਬੇਵਕੂਫ ਹੈਗੇ ਜੱਟ ਕਹਿੰਦੇ ਹਮ ਹਿੰਦੂ ਨਹੀਂ ਹੈ, ਉਹਨੇ ਲਿਖਿਆ ਕਾਨ ਸਿੰਘ ਨੇ ਲਿਖਿਆ ਜੀ ਬਹੁਤ ਵੱਡਾ ਕਿਤਾਬ ਵਿੱਚ ਲਿਖਿਆ ਹੈਗਾ, ਹਿੰਦੂ ਦੀ ਉਹਨਾਂ ਨੂੰ ਪਤਾ ਨਹੀਂ ਪਛਾਣ ਕੀ ਹੈਗੀ। ਜਿੱਦਾਂ ਮੈਂ ਕਿਹਾ ਨਾ ਮੈਂ ਪੰਡੋਰੀ ਨਿੱਜਰਾਂ ਦਾ ਜੱਟ ਹੈਗਾ, ਮੈਂ ਆਪਣੀ ਜਾਤੀ ਔਰ ਵਾਸੀ ਦੱਸੀ ਨਾ, ਇਹਨੂੰ ਕਹਿੰਦੇ ਹੋਂਦ ਹਸਤੀ, ਜਿਹੜਾ ਆਪਣੀ ਹੋਂਦ ਦੱਸੇ ਨਾ ਉਹ ਹਿੰਦੂ ਹੁੰਦਾ ਹੈਗਾ, ਜਿਹੜਾ ਕੰਜੜੀ ਦੇ ਵਿੱਚ ਹਰਾਮੀ ਪੈਦਾ ਹੋਵੇ ਉਹ ਉਹਨੂੰ ਹੋਂਦ ਦਾ ਨਹੀਂ ਪਤਾ ਹੁੰਦਾ ਉਹ ਹਰਾਮੀ ਹੁੰਦਾ, ਯਾਨੀ ਜਿਹੜਾ ਹਿੰਦੂ ਦਾ ਉਲਟ ਜਿਹੜਾ ਹੈਗਾ ਉਹ ਹੈਗਾ ਹਰਾਮੀ। ਇਹ ਜਦੋਂ ਕਹਿ ਦਿੰਦੇ ਆ ਨਾ ਮੈਂ ਹਮ ਹਿੰਦੂ ਨਹੀਂ ਹੈ, ਜਿਹੜੇ ਬਾਹਲੀ ਪੱਗ ਬੰਨ੍ਹੀ ਅਤੇ ਦਾੜੀ ਰੱਖ ਲਈ ਅਤੇ ਆਪਣੇ ਆਪ ਨੂੰ ਸਿੱਖ ਕੌਮ ਬਣਾ ਲਈ ਅਤੇ ਆਪਣੀ ਜੱਟ ਕੌਮ ਭੁੱਲ ਗਿਆ, ਉਹਨਾਂ ਨੂੰ ਕਹੋ ਵੀ ਤੁਸੀਂ ਹਿੰਦੂ ਨਹੀਂ ਤਾਂ ਤੂੰ ਹਰਾਮੀ ਹੈਗਾ, ਇਹਦਾ ਉਲਟਾ ਤਾਂ ਉਹੀ ਹੈ, ਤੈਨੂੰ ਪਿਓ ਤਾਂ ਪਿਓ ਨਹੀਂ ਤੇਰਾ ਹੈਗਾ ਕੋਈ ਵੀ, ਕਿ ਕੰਜਰੀ ਦੇ ਪੇਟ 'ਚ ਪੈਦਾ ਹੋਇਆ ਤੂੰ, ਇਹ ਹੈਗਾ ਇਹਦੇ 'ਚ। ਹਿੰਦੂ ਪਹਿਲਾ ਪੰਥ ਹੈਗਾ, ਇਹਦੇ ਨਾਲ ਤਨ ਨਿਰਮਲ ਹੁੰਦਾ ਹੈਗਾ, ਦੂਜਾ ਪੰਥ ਸਿੱਖ ਹੈਗਾ, ਤੀਜਾ ਪੰਥ ਖਾਲਸਾ ਹੈਗਾ, ਤੀਜਾ ਪੰਥ ਜਾਣਦੇ ਖਾਲਸਾ ਹੈਗਾ, ਇਹ ਉਹਨਾਂ ਨੂੰ ਪਹਿਲੇ ਦੋ ਦਾ ਨਹੀਂ ਪਤਾ, ਪਹਿਲੇ ਦੋ ਜਿੱਦਾਂ ਉਹਨਾਂ ਨੇ ਲਿਖ ਦਿੱਤਾ ਕਿਤਾਬ ਵਿੱਚ ਖੱਤਰੀਆਂ ਨੇ, ਉੱਦਾਂ ਹੀ ਉਹਨੇ ਪਟਾਖ ਦਿੰਦੇ ਨੇ। ਪ੍ਰੋਫੈਸਰ ਸਾਭ ਸਿੰਘ ਦਾ ਟੀਕਾ ਹੈਗਾ, ਮੈਂ ਕਰਦਾ ਉਹਨੇ ਕਹੀ ਉਹਦੇ 'ਚ ਪੰਜਾਬੀ 'ਚ ਆਦਿਗ੍ਰੰਥ ਦਾ ਕੀਤਾ ਉਹਨੇ ਟੀਕਾ, ਉਹ ਹਰ ਨੂੰ ਹਰੀ ਕਹੀ ਉਹ ਹਰ ਨੂੰ ਹਰੀ ਕਹੀ ਜਾਂਦਾ ਹੈਗਾ, ਹਰ ਅਤੇ ਹਰੀ 'ਚ ਜ਼ਮੀਨ ਅਸਮਾਨ ਦਾ ਫਰਕ ਹੈਗਾ, ਅਤੇ ਦੇਖ ਲਓ ਵੀ ਲੋਕ ਕਿੰਨੇ ਅੰਨੇ ਹੈਗੇ ਨੇ ਮਨ ਦੇ, ਕਿਸੇ ਨੇ ਨਹੀਂ ਉਹਨੂੰ ਟੋਕਿਆ ਵੀ ਤੂੰ ਗਲਤ ਕਹਿ ਰਿਹਾ ਹੈਗਾ। ਇਹ ਹੈਗਾ ਸਿੱਖੀ ਜਿਹੜਾ ਹੁੰਦਾ, ਸਿੱਖ ਕੋਟਨ ਮੇਂ ਏਕ ਹੁੰਦਾ, ਸਿੱਖ ਆਮ ਨਹੀਂ ਮਿਲਦਾ,
ਕੋਟਰ ਮੇ ਸੇਖ ਹੁੰਦਾ, ਉਹ ਸੇਖ ਹੁੰਦਾ ਜਿਹੜਾ ਕਿ ਜਿੱਦਾਂ ਮੁੰਡੇ ਨੇ ਕਿਹਾ 17 ਸਾਲ ਦਾ ਮੁੰਡਾ ਹੈਗਾ, ਉਹਨੇ ਲਿਖਿਆ ਵੀ ਮੇਰੀ ਮਾਂ ਨੇ ਇੱਦਾਂ ਕਿਹਾ ਵੀ ਚੌਧਰੀ ਤੂੰ ਲਿਖ ਸਕਦਾ। ਇੱਦਾਂ ਦੇ ਜਿਹੜੇ ਹੈਗੇ ਨੇ ਮੁੰਡੇ, ਉਹ ਜਿਹੜੇ ਹੈਗੇ ਨੇ ਸਿੱਖਣਗੇ ਨਾ, ਉਹ ਇਸ ਚੀਜ਼ ਨੂੰ ਫਿਰ ਉਭਾਰਨਗੇ, ਦੱਸਣਗੇ ਵੀ ਇਹ ਖੱਤਰੀਆਂ ਨੇ ਕਿੱਦਾਂ ਸਾਨੂੰ ਬੇਵਕੂਫ ਬਣਾਇਆ। ਆਰੀਆ ਨਸਲ ਹੈਗੀ, ਆਰੀਆ ਆਹ ਨਸਲ ਆਰੀਆ ਹੈਗੀ ਮੇਰੀ ਜਿਸਮ ਦੀ, ਆਰੀਆ ਸਮਾਜ ਨਹੀਂ ਹੈਗਾ। ਸਮਾਜ ਦੇ ਤਾਂ ਕੋਈ ਵੀ ਦਾਖਲ ਹੋ ਸਕਦਾ ਹੈਗਾ, ਜਿੱਦਾਂ ਸਿੱਖ ਪੰਥ ਹੈਗਾ, ਸਿੱਖ ਜਿਹੜਾ ਸਮਾਜ ਹੈਗਾ, ਪੰਥ ਅਤੇ ਸਮਾਜ ਅਤੇ ਮਿਲਤ ਇੱਕੋ ਚੀਜ਼ ਹੈਗੀ। ਸਮਾਜ ਵਿੱਚ ਕੋਈ ਵੀ ਆਦਮੀ ਦਾਖਲ ਹੋ ਸਕਦਾ ਹੈ, ਲੇਕਿਨ ਆਰੀਆ ਨਸਲ ਵਿੱਚ ਉਹੀ ਆਦਮੀ ਦਾਖਲ ਹੋਊਗਾ ਜਿਹੜਾ ਆਰੀਆ ਨਸਲ ਦਾ ਬੀਜ ਹੋਏਗਾ, ਜਿਹਦਾ ਪਿਓ ਆਰੀਆ ਹੋਏਗਾ, ਆਰੀਆ ਨਸਲ ਦਾ। ਆਰੀਆ ਨਸਲ ਬਹੁਤ ਫੈਲੀ ਹੋਏਗੀ, ਜਰਮਨ ਚਾਹੀਦਾ ਸਾਰੀ ਜਗ੍ਹਾ ਹੈਗੀ, ਜਿਹੜੇ ਉਹਨਾਂ ਦੇ ਪੁੱਤ ਹੈਗੇ ਉਹ ਆਰੀਆ ਨਸਲ ਦੇ ਹੈਗੇ, ਅਤੇ ਉਹਦੇ 'ਚ ਨੀਗਰੋ ਨਹੀਂ ਆ ਸਕਦਾ ਆਰੀਆ ਨਸਲ ਵਿੱਚ, ਉਹਦੀ ਨਸਲ ਹੋਰ ਹੈਗੀ। ਅਤੇ ਆਹ ਜਿਹੜੇ ਹਰਿਆਣੇ ਦੇ ਜੱਟ ਹੈਗੇ, ਆਰੀਆ ਸਮਾਜ ਬਣਾਈ ਬੈਠੇ ਨੇ। ਅਤੇ ਇੱਥੇ ਇੱਕ ਜੱਟ ਹੈਗਾ ਆਪਣੇ ਰੈਡਿੰਗ ਜਿੱਥੇ ਮੈਂ ਰਹਿੰਦਾ ਹੈਗਾ, ਰੋਹਿਤ ਅਲਾਬਾਦ, ਉਹ ਹੈਗਾ ਉਹਨੇ ਜੱਟ, ਉਹਨੇ ਵੀ ਲਿਖਿਆ ਜੱਟ ਸਮਾਜ। ਮੈਂ ਉਹਨੂੰ ਕਿਹਾ ਵੀ ਜੱਟ ਸਮਾਜ ਨਹੀਂ ਹੁੰਦਾ, ਜੱਟ ਸਭਾ ਹੈਗੀ, ਸਮਾਜ ਦੇ ਤਾਂ ਕੋਈ ਵੀ ਦਾਖਲ ਹੋ ਸਕਦਾ ਹੈਗਾ। ਅਤੇ ਆਪ ਹੈਗਾ ਪ੍ਰੈਜੀਡੈਂਟ ਹੈਗਾ ਉਹ ਕਾਂਗਰਸ ਦਾ, ਜ਼ਮੀਨ ਜੱਟ ਦੀ, ਘਰ ਜੱਟ ਦਾ, ਉਹਦੀ ਰਾਖੀ ਵੀ ਜੱਟ ਹੀ ਕਰੇਗਾ ਨਾ। ਜਦੋਂ ਤੁਸੀਂ ਆਪਣੀ ਵੋਟ ਦਿੰਦੇ ਹੋ ਨਾ ਕਾਂਗਰਸ ਨੂੰ, ਕਮਿਊਨਿਸਟ ਨੂੰ, ਜਾਂ ਹੋਰ ਅਕਾਲੀ ਦਲ ਨੂੰ, ਜਾਂ ਮੁਸਲਿਮ ਲੀਗ ਨੂੰ ਦਿੰਦੇ, ਤਾਂ ਆਪਣੀ ਬੋਧੀ ਜਿਹੜੀ ਨਾ ਬੋਧੀ, ਉਹ ਤੁਸੀਂ ਉਹਦੇ ਹੱਥ ਫੜਾ ਦਿੰਦੇ, ਆਪਣੀ ਜ਼ਮੀਨ ਵੀ, ਘਰ ਵੀ, ਔਰਤ ਵੀ, ਸਭ ਕੁਛ, ਬਾਲ ਬੱਚਾ ਵੀ, ਸਭ ਕੁਛ ਉਹਦੇ ਹੱਥ ਫੜਾ ਦਿੰਦੇ ਹਾਂ। ਕਿ ਉਹ ਤਾਂ ਜੱਟ ਦੇ ਹੈਗੇ ਸਾਡੇ ਬਾਲ ਬੱਚੇ ਅਤੇ ਜ਼ਮੀਨ, ਉਹਨੇ ਰਾਖੀ ਰੱਖਣੀ ਜੱਟ ਨੇ। ਜਦੋਂ ਤੁਸੀਂ ਉਹਨੂੰ ਵੋਟ ਦਿੱਤੇ ਤਾਂ ਉਹਦੇ ਹੱਥ ਫੜਾ ਦਿੱਤੀ। ਇਹਦੇ ਬਾਰੇ ਇੱਕ ਭਗਤ ਕਬੀਰ ਜੀ ਨੇ ਬਹੁਤ ਸੋਹਣਾ ਸਲੋਕ ਲਿਖੇ ਨੇ, ਉਹ ਇੱਕ ਕਿਤਾਬ ਵਿੱਚ ਮੈਂ ਪੜ੍ਹੇ ਸੀਗੇ, ਅਤੇ ਬਾਣੀ 'ਚ ਹੈ ਨਹੀਂ, ਉਹ ਕਿਤਾਬ ਇੱਕ ਮੇਰੇ ਹੱਥ ਆ ਗਈ, ਉਹਦੇ 'ਚ ਲਿਖੇ ਹੋਏ ਸੀਗੇ। ਉਹ ਮੈਂ ਇੱਕ ਵੀਡੀਓ ਬਣਾ ਕੇ ਵਿੱਚ ਪਾਇਆ ਹੈਗਾ, ਉਹ ਤੁਸੀਂ ਪੜ੍ਹੋ। ਇੱਕ ਚੋਰ ਨਰੋਈ ਆਏਗਾ, ਇੱਕ ਚੋਰ ਨਰੋਈ ਆਏਗਾ, ਉਹ ਨਾ ਆਪਣਾ ਨਾਂ ਦੱਸੇਗਾ ਨਾ ਸ਼ਖੋਰ, ਅਤੇ ਉਹ ਪਿੰਡ 'ਚ ਆ ਕੇ ਉਹ ਖੂਬ ਧੁੰਦ ਮਚਾਏਗਾ, ਯਾਨੀ ਕਿ ਉਹਨਾਂ ਪਛਾਣ ਨਹੀਂ ਹੈਗੀ ਜਿਹੜਾ ਆਪਣੇ ਕਾਂਗਰਸ ਹੋਏ, ਅਤੇ ਅਕਾਲੀ ਦਲ ਹੋਏ, ਕੱਲ੍ਹ ਹੋਏ ਮੁਸਲਿਮ ਲੀਗ ਹੋਏ, ਅੱਜ ਉਹ ਮੁਸਲਿਮ ਲੀਗ ਦੇ ਮੈਂਬਰ ਹੈ ਕਿ ਕੱਲ੍ਹ ਉਹ ਹੋਰ ਕਿਸੇ ਪਾਰਟੀ ਦੇ ਬਣ ਜਾਣਗੇ। ਕੌਮ ਵੀ ਕਦੀ ਬਦਲੀ, ਮੇਰੀ ਜੱਟ ਕੌਮ ਹੈਗੀ, ਜੱਟ ਕੌਮ ਕਦੀ ਨਹੀਂ ਬਦਲੇਗੀ। ਜੇ ਮੈਂ ਜੱਟ ਕਰਕੇ ਆਪਣਾ ਪੋਲੀਟੀਸ਼ੀਅਨ ਪੋਲੀਟਿਕਸ ਆਵਾਂ, ਤਾਂ ਮੈਂ ਇੱਕ ਹੈਗਾ ਬਈ ਰਿਸਪੋਂਸੀਬਲ ਆਦਮੀ ਹੈਗਾ, ਬਦਲੀ ਨਹੀਂ ਜਾਂਦੀ ਉਹ। ਅਤੇ ਮੈਨੂੰ ਆਪਣੀ ਸ਼ਰਮ ਹੋਈ ਕਿ ਜੱਟ ਕੌਮ ਦੀ ਵੀ ਮੈਂ ਗਲਤ ਕੀਤਾ, ਤਾਂ ਆਪਣੀ ਕੌਮ ਨੂੰ ਦਾਵਾ ਲਾਵਾਂਗਾ, ਰਿਸ਼ਵਤ ਲਈ ਤਾਂ ਮੇਰੀ ਜੱਟ ਕੌਮ ਨੂੰ ਫਿਰ ਉਹ ਧੱਬਾ ਲੱਗੇਗਾ। ਜਿੱਦਾਂ ਨਵਜੋਤ ਸਿੱਧੂ ਹੈਗਾ, ਉਹਨੂੰ ਹੈ ਅਹਿਸਾਸ, ਲੇਕਿਨ ਜਦੋਂ ਕੋਰੀਡੋਰ ਖੁੱਲ੍ਹਿਆ ਨਾ ਅੰਮ੍ਰਿਤਸਰ ਦਾ, ਆਪਣੇ ਦਰਬਾਰ, ਆਪਣੇ ਨਾਨਕ ਦੇ ਘਰ ਦਾ, ਕਰਤਾਰਪੁਰ ਦਾ, ਉਦੋਂ ਸਪੀਚ 'ਚ ਸਿੱਖ ਕੌਮ ਦਾ ਪ੍ਰਚਾਰ ਕਰਕੇ ਆਪਣੀ ਕੌਮ ਜੱਟ ਛੱਡ ਗਏ, ਛੱਡ ਕੇ ਪੱਕਾ ਹਰਾਮੀ ਬਣ ਗਿਆ। ਇਹ ਹੈਗੀ ਅਕਲ ਜੱਟਾਂ ਨੂੰ। ਸ਼ਹਿਰੀ ਸ਼ੂਰੀ 'ਚ ਬਹੁਤ ਖੁਸ਼ ਹੁੰਦੇ, ਜਦੋਂ ਬੋਲਦਾ ਬੜੇ ਕੋਈ ਤਾੜੀਆਂ ਲੱਗਦੀਆਂ ਨੇ, ਪਰ ਉਹ ਸੀਗਾ ਆਪਣੇ ਪੱਕਾ ਹਰਾਮੀ, ਸਾਡੀ ਜੱਟ ਕੌਮ ਨੂੰ ਜਵਾਬ ਦੇ ਗਿਆ, ਅਤੇ ਆਪਣੀ ਉਹਨੇ ਨਵੀਂ ਕੌਮ ਬਣਾ ਲਈ ਸਿੱਖ ਕੌਮ, ਸਾਡੀ ਜੱਟ ਜੱਟਾਂ 'ਚੋਂ ਨਿਕਲ ਗਿਆ ਉਹ। ਪਿੱਛੇ ਨਾਂ ਸਿੱਧੂ ਲਿਖਦਾ, ਸਿੱਧੂ ਵੀ ਹਟਾ ਦੇਵੇ ਫਿਰ, ਕਿ ਉਹ ਸਿੱਖ 'ਚ ਕੋਈ ਕੌਮ ਨਹੀਂ ਹੁੰਦੀ, ਸਿੱਧੂ ਵੀ ਹਟਾ ਦੇਵੇ ਮਗਰੋਂ। ਅਤੇ ਇਹ ਹੈਗੀ ਅਕਲ। ਇਸ ਕਰਕੇ ਬੜੀ ਦਿਆਨਤ ਨਾਲ ਲਿਖਿਆ, ਉਹਨੂੰ ਮੈਂ ਸ਼ਾਬਾਸ਼ ਦਿੰਦਾ ਹੈਗਾ। ਇੱਕ ਹੋਰ ਆਦਮੀ ਨੇ ਮੈਨੂੰ ਲਿਖਿਆ, ਉਹਦਾ ਮੈਨੂੰ ਹੁਣ ਮੇਰਾ 88 ਈਅਰ ਹੋ ਗਿਆ, ਮੇਰਾ ਨਾਂ ਭੁੱਲ ਜਾਂਦੇ ਨੇ, ਅਤੇ ਉਹਨੇ ਵੀ ਮੈਨੂੰ ਇਹੋ ਹੀ ਗੱਲ ਦੱਸੀ ਸੀ ਵੀ ਚੌਧਰੀ ਮੈਂ ਨਹੀਂ ਲਿਖ ਸਕਦਾ। ਉਹਨੇ ਵੀ ਬੜੀਆਂ ਸੋਹਣੀਆਂ ਗੱਲਾਂ ਮੈਨੂੰ ਦੱਸੀਆਂ ਸੀਗੀਆਂ। ਇੱਦਾਂ ਦੇ ਸਾਨੂੰ ਚਾਹੀਦੇ ਨੇ ਜਵਾਨ, ਜਿਹੜੇ ਕਿ ਆਪ ਸੋਚ ਸਕਦੇ ਨੇ, ਆਪ ਸੋਚ ਕੇ ਅਤੇ ਆਪਣੀ ਜਿਹੜੀ ਜੱਟ ਕੌਮ ਦਾ ਜਿਹੜਾ ਨਾ ਚੌਧਰੀ ਛੋਟੂ ਰਾਮ ਦਾ ਨਾਂ ਉੱਚਾ ਕਰਨ,
ਉਹ ਬੁਨਿਆਦ ਰੱਖੀ ਹੈਗੀ ਉਹਦੇ 'ਤੇ ਆਪਾਂ ਉਸਾਰੀ ਕਰਨੀ ਹੈਗੀ। ਉਸਾਰੀ ਤਦੇ ਕਰਾਂਗੇ ਅਸੀਂ ਜੱਟ ਹੋਵਾਂਗੇ ਤਾਂ। ਉਹਦੇ 'ਚ ਸਿੱਖ ਸੁੱਖ ਦਾ ਕੋਈ ਨਾਂ ਨਹੀਂ ਹੈਗਾ। ਉਹਦੇ ਜਦੋਂ ਇਹ ਸੀਗਾ ਉਹ ਉਦੋਂ ਤਿੰਨੇ ਲਾਲੇ, ਲਾਲਾ ਤਾਰਾ ਸਿੰਘ ਮਲਹੋਤਰਾ ਖੱਤਰੀ ਅਤੇ ਮੁਹੰਮਦ ਅਲੀ ਜਿਨ੍ਹਾਂ ਬੱਬਲਾ ਭਾਟੀਆ, ਇਹ ਵੀ ਲਾਲਾ, ਅਤੇ ਲਾਲਾ ਮੋਹਨਦਾਸ ਕਰਮਚੰਦ ਗਾਂਧੀ, ਇਹਨਾਂ ਨੂੰ ਪੋਲੀਟਿਕਸ 'ਚ ਆਉਣ ਨਹੀਂ ਦਿੱਤਾ। ਇਹਨਾਂ ਨੇ ਦੌੜ ਗਏ ਸੀ ਇਹਨਾਂ ਤੋਂ। ਇਸ ਕਰਕੇ ਪੋਲੀਟਿਕਸ ਜਿਹੜੀ ਹੈਗੀ ਇਹ ਸ਼ੈਤਾਨਾਂ ਦਾ ਹੈਗਾ ਕੰਮ ਅੱਜ ਕੱਲ੍ਹ, ਅਤੇ ਸ਼ੈਤਾਨਾਂ ਦਾ ਜਿਹੜਾ ਹੈਗਾ ਆਪਣੇ ਕਰਨੀ ਹੈਗੀ ਤੁਸੀਂ ਮੁਕਾਬਲਾ, ਉਹ ਆਪਣੇ ਜੱਟ ਪਿਓ ਦੇ ਨਾਲ ਕਰਨੀ ਹੈਗੀ, ਹੋਰ ਕਿਸੇ ਨਾਲ ਨਹੀਂ ਹੋਣੀ। ਆਹ ਜਿਹੜੇ ਸ਼ੈਤਾਨ ਹੈਗੇ ਨਾ ਇੱਥੇ, ਇਹ ਜਿਹੜਾ ਆਹ ਅੱਜ ਦਾ ਜਿਹੜਾ ਨਾ ਆਰਟੀਕਲ ਇਹ ਪੜ੍ਹੋ, ਇੱਥੋਂ ਪਤਾ ਲੱਗਦਾ ਤਿੰਨ ਸ਼ੈਤਾਨ, ਇਹਨਾਂ ਤੋਂ ਜੇ ਬਚ ਜਾਓਗੇ ਨਾ ਤਦ ਤੁਸੀਂ ਦੁਨੀਆਂ 'ਚ ਆਰਾਮ ਨਾਲ ਰਹੋਗੇ। ਜੇ ਇਹਨਾਂ ਦੇ ਕਾਬੂ ਆ ਗਏ ਇੱਕ ਦੇ ਵੀ, ਤਦ ਤੁਸੀਂ ਦੁਨੀਆਂ 'ਚ ਨਹੀਂ ਆਰਾਮ ਨਾਲ ਰਹਿ ਸਕਦੇ। ਇਹ ਜਿਹੜਾ ਮੈਂ ਇੱਕ ਵੀਡੀਓ ਬਣਾਉਣ ਲੱਗਾ ਹੈਗਾ ਆਪਣੇ ਸਮੈਰੀਟਨ 'ਤੇ, ਉਹ ਤੁਸੀਂ ਦੇਖਿਆ ਜੇ ਇੱਕ ਨਮੂਨੇ ਦੇ ਆਦਮੀ ਸੀਗੇ ਉਹ, ਅਤੇ ਬਹੁਤ ਵੱਡਾ ਹੋ ਗਿਆ ਇਹ ਵੀਡੀਓ। ਅਤੇ ਥੈਂਕ ਯੂ ਵੀ ਸਾਰਿਆਂ ਨੂੰ, ਅਤੇ ਖਾਸ ਕਰਕੇ ਇਸ ਰਾਣਾ ਜੱਟ, ਕੀ ਨਾਂ ਸੀਗਾ ਇਹਦਾ, ਅੰਬਰ, ਅੰਬਰ ਰਾਣਾ, ਅੰਬਰ ਰਾਣਾ, ਅੰਬਰ ਰਾਣਾ ਪਿੱਛੇ ਜੱਟ ਲਿਖੇ, ਬਸ ਬਾਕੀ ਸਭ ਠੀਕ ਹੈਗਾ। ਚੌਧਰੀ ਨਹੀਂ ਲਿਖ ਸਕਦਾ ਜਿੰਨਾ ਚਿਰ ਉਹਦਾ ਪਿਓ ਜਿੰਦਾ ਹੈਗਾ। ਅਤੇ ਇੱਥੇ ਮੈਂ ਹੁਣ ਬੰਦ ਕਰਦਾ ਹੈਗਾ, ਅਤੇ ਇਸ ਨੂੰ ਤੁਸੀਂ ਵਾਇਰਲ ਕਰੋ, ਸਾਰਿਆਂ 'ਚ ਦੱਸੋ, ਲੋਕਾਂ ਨੂੰ ਵੀ ਜੱਟ ਲਿਖੋ, ਮਗਰ ਜ਼ਰੂਰ, ਤਾਂ ਕਿ ਕਈ ਗੋਤ ਜਿਹੜੇ ਹੁੰਦੇ ਉਹ ਸਾਂਝੇ ਹੈਗੇ ਨੇ ਖੱਤਰੀਆਂ ਅਤੇ ਜੱਟਾਂ 'ਚ, ਉਹ ਉੱਪਲ ਹੋਇਆ। ਅਤੇ ਇੱਦਾਂ ਹੀ ਹੋਰ ਵੀ ਹੈਗੇ ਨੇ ਕਈ ਗੋਤ ਜਿਹੜੇ ਇੱਕ ਦੂਜੇ ਨਾਲ ਮਿਲਦੇ ਨੇ, ਉਹ ਫਿਰ ਪਤਾ ਲੱਗ ਜਾਏਗਾ ਵੀ ਇਹ ਉਹ ਖੱਤਰੀ ਨਹੀਂ ਹੈਗਾ, ਇਹ ਤਾਂ ਜੱਟ ਹੈਗਾ।